ਜੈ ਭੀਮ ਜੈ ਭਾਰਤ ਫੈਨ ਡਾਕਟਰ ਅੰਬੇਦਕਰ ਜੀ ਦੇ। ਅੱਜ ਟੀਮ ਪਹੁੰਚੀ ਹੋਈ ਆ ਪਿੰਡ ਵਾਲਡਾ ਦੇ ਵਿੱਚ ਔਰ ਮੇਰੇ ਨਾਲ ਮੇਰੇ ਸਾਥੀ ਆਏ ਨੇ, ਉਹ ਆਪਣੇ ਵਿਚਾਰ ਦੱਸਣਗੇ ਜੋ ਕਿ ਭਾਰਤ ਬੰਦ 2 ਤਰੀਕ ਦਾ ਹੈਗਾ ਉਹਦੇ ਬਾਰੇ ਦੱਸਣਗੇ ਜੀ। ਦੋਸਤੋ ਜੈ ਭੀਮ ਜੈ ਭਾਰਤ, ਅਸੀਂ ਪੰਜਾਬ ਬੰਦ ਕਿਉਂ ਕਰ ਰਹੇ ਹਾਂ? ਇਹਦਾ ਕਾਰਨ ਆ ਕਿ ਸਾਡਾ ਜਿਹੜਾ ਜ਼ੁਲਮ ਹੋ ਰਿਹਾ ਸੀ ਸਾਡੇ ਉੱਪਰ ਸਦੀਆਂ ਤੋਂ, ਉਹ ਜਦੋਂ ਬਾਬਾ ਸਾਹਿਬ ਆਏ ਉਹਨਾਂ ਨੇ ਸੰਵਿਧਾਨ ਬਣਾਇਆ, ਸੰਵਿਧਾਨ ਬਣਾ ਕੇ ਸਾਡੇ ਜਿਹੜੇ ਹਿੱਤਾਂ ਦੀ ਰੱਖਿਆ ਕੀਤੀ ਆ, ਸੰਵਿਧਾਨ ਦੇ ਵਿੱਚ ਸਾਨੂੰ ਹੱਕ ਲੈ ਕੇ ਦਿੱਤੇ, ਉਹਦੀ ਬਦੌਲਤ ਜਿਹੜਾ ਹੈਗਾ ਅੱਜ ਅਸੀਂ ਜੀ ਰਹੇ ਹਾਂ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ। ਪਰ ਇਹ ਜਿਹੜੇ ਮਨੋਬਲ ਦੀ ਸੋਚ ਦੇ ਮਾਲਕ ਹੈਗੇ ਨੇ, ਜਿੱਦਾਂ ਮੋਦੀ ਸਰਕਾਰ ਹੋ ਗਈ ਜਾਂ ਇਹ ਬਾਹਮਣਵਾਦ ਹੈਗਾ ਆ, ਇਹਨਾਂ ਨੇ ਹੁਣ ਕੀ ਕਰ ਦਿੱਤਾ, ਜਿਹੜੇ ਸਾਨੂੰ ਬਾਬਾ ਸਾਹਿਬ ਨੇ ਅਦਾਲਤਾਂ ਬਣਾ ਕੇ ਸਾਡੇ ਲਈ ਦਿੱਤੀਆਂ ਸੀਗੀਆਂ ਜਿੱਥੇ ਸਾਨੂੰ ਇਨਸਾਫ਼ ਮਿਲਦਾ ਸੀ, ਜੇ ਸਾਨੂੰ ਪੁਲਿਸ ਇਨਸਾਫ਼ ਨਹੀਂ ਦਿੰਦੀ ਸੀ, ਸਾਡੇ ਸਮਾਜ ਦਾ ਕੋਈ ਬੰਦਾ ਲਤਾੜਿਆ ਜਾਂਦਾ ਸੀ ਤਾਂ ਅਦਾਲਤਾਂ ਸਾਨੂੰ ਇਨਸਾਫ਼ ਦਿੰਦੀਆਂ ਸੀ। ਸਾਡਾ ਇੱਕੋ ਇੱਕ ਇਨਸਾਫ਼ ਦਾ ਦਰਵਾਜ਼ਾ ਸੀਗਾ, ਜਿਹੜਾ ਉਹ ਵੀ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਸੁਪਰੀਮ ਕੋਰਟ, ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ, ਉਹਦੇ ਜਿਹੜੇ ਜੱਜ ਨੇ ਉਹ ਵੀ ਬਾਹਮਣਵਾਦ ਦੇ ਪ੍ਰਭਾਵ ਥੱਲੇ ਆ ਕੇ, ਮੋਦੀ ਸਰਕਾਰ ਦੇ ਪ੍ਰਭਾਵ ਥੱਲੇ ਆ ਕੇ, ਜਿਹੜਾ ਸਾਡੇ ਹਿੱਤਾਂ ਦੀ ਰੱਖਿਆ ਲਈ SC ST ਐਕਟ ਬਣਿਆ ਹੋਇਆ, ਜਿਹਦੇ ਵਿੱਚ ਅਗਰ ਕੋਈ ਵੀ ਸਾਡੇ ਸਮਾਜ ਨਾਲ ਧੱਕਾ ਕਰਦਾ ਉਹਦੀ ਤੁਰੰਤ ਗ੍ਰਿਫਤਾਰੀ ਹੁੰਦੀ ਸੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਐਕਟ ਦੇ ਵਿੱਚ ਐਂਟੀਸਪੇਟਰੀ ਦੀ ਪ੍ਰੋਵੀਜ਼ਨ ਨਹੀਂ ਹੈਗੀ, ਬਲਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸਾਡੇ ਸਮਾਜ ਨਾਲ ਧੱਕਾ ਕਰੂਗਾ ਉਹਨੂੰ ਅੰਦਰ ਜਾਣਾ ਹੀ ਪੈਣਾ, ਉਹਨੂੰ ਜੇਲ੍ਹ ਦੀ ਹਵਾ ਖਾਣੀ ਹੀ ਪੈਣੀ ਹੈ। ਪਰ ਸੁਪਰੀਮ ਕੋਰਟ ਦੇ ਜੱਜ ਨੇ ਸਾਡਾ ਜਿਹੜਾ SC ST ਐਕਟ ਬਣਿਆ ਹੋਇਆ ਸੀ ਉਹ ਸਾਰੇ ਐਕਟ ਦੀਆਂ ਧੱਜੀਆਂ ਉਡਾਤੀਆਂ, ਉਹ ਸਾਰਾ ਐਕਟ ਹੀ ਖਤਮ ਕਰਤਾ। ਹੁਣ ਸਾਡੇ ਸਮਾਜ ਨਾਲ ਹਰ ਕੋਈ ਧੱਕਾ ਕਰ ਸਕਦਾ ਹੈ, ਉਹਨੇ ਕੀ ਕਰ ਦਿੱਤਾ ਕਿ ਪਹਿਲੇ ਨੰਬਰ 'ਤੇ FIR ਜਦੋਂ ਹੋਊਗੀ, FIR ਸਿੱਧੀ ਨਹੀਂ ਹੋਊਗੀ, DSP ਲੈਵਲ ਦਾ ਬੰਦਾ ਉਹਦੀ ਇਨਕੁਆਇਰੀ ਕਰੇਗਾ, ਅਗਰ FIR ਹੁੰਦੀ ਆ ਤਾਂ ਤੁਰੰਤ ਗ੍ਰਿਫਤਾਰੀ ਨਹੀਂ ਹੋਊਗੀ। ਜੇ ਕਿਸੇ ਸਰਕਾਰੀ ਮੁਲਾਜ਼ਮ ਦੀ ਸਰਕਾਰੀ ਮੁਲਾਜ਼ਮ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਉਹ ਪਹਿਲਾਂ ਸੀਨੀਅਰ ਅਫਸਰ ਤੋਂ ਪਰਮਿਸ਼ਨ ਲੈਣੀ ਪਊਗੀ ਉਹਨੂੰ ਅਰੈਸਟ ਕਰਨ ਬਾਰੇ। ਜੇ ਕੋਈ ਸਾਡੇ ਨਾਲ ਕੋਈ ਸਿਵਲੀਅਨ ਆਮ ਬੰਦਾ ਕਿਸੇ ਹੋਰ ਸਮਾਜ ਦਾ ਸਾਡੇ ਨਾਲ ਧੱਕਾ ਕਰਦਾ, ਸਾਡੇ ਸਮਾਜ ਨਾਲ ਧੱਕਾ ਕਰਦਾ, ਤਾਂ ਉਹਦੀ ਪਰਮਿਸ਼ਨ ਵੀ ਘੱਟੋ ਘੱਟ SSP ਤੋਂ ਲੈਣੀ ਪਊਗੀ ਅਰੈਸਟ ਕਰਨ ਵਾਸਤੇ। ਔਰ ਤੀਸਰੇ ਨੰਬਰ 'ਤੇ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਹੀ ਨਹੀਂ ਸੀ ਐਂਟੀਸਪੇਟਰੀ ਦੀ, ਜਿਹਨੂੰ ਕਹਿੰਦੇ ਪ੍ਰੀ ਅਰੈਸਟ ਬੇਲ, ਉਹ ਬਿਲਕੁਲ ਹੀ ਲਾਗੂ ਕਰ ਦਿੱਤੀ। ਕੋਈ ਵੀ ਜਿਹੜਾ ਹੈਗਾ ਕਾਨੂੰਨ ਬਣਦਾ ਪਹਿਲਾਂ ਉਹ ਲੋਕ ਸਭਾ 'ਚ ਜਾਂਦਾ, ਉੱਥੋਂ ਪਾਸ ਹੁੰਦਾ, ਫਿਰ ਰਾਜ ਸਭਾ 'ਚ ਜਾਂਦਾ, ਫਿਰ ਉੱਥੋਂ ਪਾਸ ਹੁੰਦਾ, ਫਿਰ ਰਾਸ਼ਟਰਪਤੀ ਉੱਤੇ ਮੋਹਰ ਲਾਉਂਦਾ ਆਪਣੀ, ਫਿਰ ਜਾ ਕੇ ਐਕਟ ਬਣਦਾ। ਅਗਰ ਕੋਈ ਅਮੈਂਡਮੈਂਟ ਕਰਨੀ ਆ ਤਾਂ ਪਹਿਲਾਂ ਲੋਕ ਸਭਾ 'ਚ ਆਊ, ਫਿਰ ਉੱਥੋਂ ਰਾਜ ਸਭਾ 'ਚ ਜਾਊ, ਦੈਨ ਉਹਦੇ ਵਿੱਚ ਅਮੈਂਡਮੈਂਟ ਆਊਗੀ। ਅਤੇ ਸੁਪਰੀਮ ਕੋਰਟ ਦੇ ਜੱਜ ਨੇ ਤਾਂ ਜਿਹੜਾ ਹੈਗਾ ਸਾਡਾ ਐਕਟ ਹੀ ਖਤਮ ਕਰਤਾ ਬਿਨਾਂ ਕੋਈ ਅਮੈਂਡਮੈਂਟ, ਲੋਕ ਸਭਾ ਰਾਜ ਸਭਾ ਸਭ ਖਤਮ ਕਰ ਦਿੱਤੀਆਂ। ਉਹ ਕਹਿੰਦੇ ਅਸੀਂ ਸਭ ਕੁਛ ਹਾਂ, ਤੁਸੀਂ ਇਹ ਅੰਦਾਜ਼ਾ ਲਾ ਲਓ ਸਾਨੂੰ ਕੀ ਇਨਸਾਫ਼ ਮਿਲੂਗਾ। ਇੱਕ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਸਾਡੇ ਨਾਲ ਇੰਨਾ ਧੱਕਾ ਕਰ ਰਹੀ ਹੈ ਸ਼ਰੇਆਮ, ਤਾਂ ਬਾਕੀ ਕੋਰਟਾਂ ਦਾ ਕੀ ਹਾਲ ਹੋਊਗਾ? ਸੋ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ, ਇਕੱਠੇ ਹੋਵੋ। ਪੂਰੇ ਦੇਸ਼ ਦੇ ਵਿੱਚ 40 ਕਰੋੜ ਆ ਅਤੇ ਜਪਾਨ ਦੀ ਆਬਾਦੀ ਜਿਹੜੀ ਆ 16 ਕਰੋੜ ਆ, ਅਤੇ ਉਹ ਕਿੱਥੇ ਦੁਨੀਆਂ ਦੇ ਵਿੱਚ ਕਿੱਥੇ ਪਹੁੰਚਿਆ ਅਤੇ ਅਸੀਂ ਕਿੱਥੇ ਹਾਂ? ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਆ, ਸਾਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਆ। ਇਕੱਠੇ ਹੋ ਜਾਓ, ਜੇ ਨਹੀਂ ਹੋਵੇ ਤਾਂ ਬਹੁਤ ਬੁਰਾ ਹਾਲ ਹੋਊਗਾ ਸਾਡੇ ਵਾਸਤੇ, ਕਿਸੇ ਨੇ ਕੁਛ ਨਹੀਂ ਕਰਨਾ ਹੈਗਾ। ਇੱਕ ਸਿਰਫ ਬਾਬਾ ਸਾਹਿਬ ਆਏ ਸੀ ਜਿਨ੍ਹਾਂ ਨੇ ਸਾਡੇ ਵਾਸਤੇ ਕੀਤਾ ਜੀ, ਹੋਰ ਕੋਈ ਅੱਜ ਤੱਕ ਬਾਬਾ ਸਾਹਿਬ ਪੈਦਾ ਨਹੀਂ ਕਰ ਸਕੇ ਅਸੀਂ। ਫਿਰ ਲੋੜ ਆ ਸਾਨੂੰ ਇਕੱਠੇ ਹੋਣ ਦੀ, ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਦੀ,
ਤੇ ਇਸ ਐਕਟ ਨੂੰ ਬਚਾਉਣ, ਇਕੱਠੇ ਹੋ ਕੇ ਬਚਾ ਸਕਦੇ ਹਾਂ ਤੇ ਸਾਰੇ ਇਕੱਠੇ ਹੋ ਕੇ 2 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਜਿਹੜਾ ਉਹ ਸਾਰੇ ਇਕੱਠੇ ਹੋ ਕੇ ਉਹਨੂੰ ਸਫਲ ਬਣਾਈ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਮੈਂ ਰਕੇਸ਼ ਕੁਮਾਰ ਸ਼ਮੀ ਅੰਬੇਦਕਰ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਇਹ ਮਨੁਵਾਦੀ ਸੋਚ ਦੇ ਘਟੀਆ ਜੱਜ ਨੇ, ਜੋ ਹੈ ਸਾਡੇ ਸਮਾਜ ਦੇ ਸੁਪਨਿਆਂ ਨੂੰ ਚਕਨਾ ਚੂਰ ਕਰ ਦਿੱਤਾ, ਜੋ ਇਹਨੇ ਸਾਡੇ ਉੱਤੇ ਅਤਿਆਚਾਰ ਕੀਤਾ, ਜੁਰਮ ਦੀ ਮੋਹਰ ਲਾ ਦਿੱਤੀ ਹੈ, ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਔਰ ਅਪੀਲ ਕਰਦਾ ਆਪਣੇ ਜਿੰਨਾ ਵੀ ਸਮਾਜ ਹੈ, ਜਿੰਨਾ ਮੇਰਾ ਭਾਈਚਾਰਾ ਐਸਸੀ ਐਸਟੀ ਖਾਸ ਕਰਕੇ ਓਬੀਸੀ ਨੂੰ ਕਿ ਸਾਰੇ ਇਕੱਠੇ ਹੋਵੋ, ਇਕੱਠੇ ਹੋ ਕੇ ਆਪਾਂ ਇਹਨਾਂ ਦੀ ਇਸ ਜਿਹੜੀ ਘਿਨੌਣੀ ਸਾਜਿਸ਼ ਹੈ ਉਹਦਾ ਮੂੰਹ ਤੋੜ ਜਵਾਬ ਦੇਈਏ, ਇਹਨਾਂ ਨੂੰ ਦੱਸ ਸਕੀਏ ਕਿ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਅੱਜ ਵੀ ਸਾਕਾਰ ਕਰਨ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਔਰ ਇਹ ਜੋ ਕੱਲ੍ਹ ਨੂੰ 2 ਅਪ੍ਰੈਲ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਅਸੀਂ ਇਹਦਾ ਸੰਘਰਸ਼ ਕਰਨ ਜਾ ਰਹੇ ਹਾਂ, ਮੈਂ ਆਪਣੇ ਏਰੀਏ ਦੇ ਜਿੰਨੇ ਵੀ ਭੈਣ ਬੇਮਰੇ ਵੀਰ ਐਸਸੀ ਐਸਟੀ ਔਰ ਖਾਸ ਕਰਕੇ ਫਿਰ ਮੈਂ ਕਹਿੰਦਾ ਓਬੀਸੀ ਸਮਾਜ ਤੋਂ ਜੋ ਸਾਡੇ ਨਾਲ ਨਹੀਂ ਜੁੜਦੇ, ਭਰਾਵੋ ਇਹ ਤੁਹਾਡੇ ਲਈ ਵੀ ਹੈ, ਕੱਲਾ ਸਾਡੇ ਲਈ ਨਹੀਂ ਬਾਬਾ ਸਾਹਿਬ ਕਰਕੇ ਗਏ ਸੀ, ਇਹ ਸਾਰਿਆਂ ਨੂੰ ਅਧਿਕਾਰ ਲੈ ਕੇ ਗਏ ਸੀ, ਦੇ ਕੇ ਗਏ ਸੀ, ਅਸੀਂ ਇਹਨਾਂ ਦੀ ਰੱਖਿਆ ਕਰਨੀ ਹੈ, ਰਕਸ਼ਾ ਕਰਨੀ ਹੈ। ਕੱਲ ਨੂੰ ਅਸੀਂ ਬਸਤੀ ਯੋਧਿਆਲ ਚੌਂਕ ਸਾਰਿਆਂ ਨੇ ਇਕੱਠੇ ਹੋਣਾ 10 ਵਜੇ ਦੇ ਕਰੀਬ, 9:30 ਵਜੇ ਸਾਰੇ ਇਕੱਠੇ ਹੋ ਜਾਓ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ, ਅਸੀਂ ਦੱਸ ਸਕੀਏ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ ਔਰ ਇਹ ਜੱਜ ਨੂੰ ਵੀ ਮੈਂ ਖਾਸ ਕਰਕੇ ਪੁੱਛਣਾ ਚਾਹੁੰਦਾ, ਜੇਕਰ ਇਹਨਾਂ ਨੂੰ ਮੇਰੀ ਇਹ ਵੀਡੀਓ ਵਾਇਰਲ ਹੋ ਕੇ ਪਹੁੰਚਦੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਮਨੁਵਾਦੀ ਸੋਚ ਨੂੰ ਬੰਦ ਕਰ ਦਿੱਤਾ ਜਾਵੇ। ਮੋਦੀ ਨੂੰ ਵੀ ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹੋ ਜਿਹਾ ਰਾਜ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਨੂੰ ਨਹੀਂ ਚਾਹੀਦਾ, ਇਸ ਦੇਸ਼ ਦੇ ਟੁਕੜੇ ਕਰਨ ਲਈ ਸਾਨੂੰ ਮਜਬੂਰ ਨਾ ਕਰੋ ਇਹੋ ਜਿਹੀ ਗੱਲ। ਅੱਗੇ ਵੀ ਮੈਂ ਬਈ ਬੜੀ ਵਾਰ ਇਹ ਅਪੀਲ ਕਰ ਚੁੱਕਿਆ ਕਿ ਇਹ ਸਾਡਾ ਭਾਰਤ ਦੇਸ਼ ਹੈ, ਇੱਕ ਸ਼ਾਂਤਮਈ ਦੇਸ਼ ਹੈ, ਇਹਨੂੰ ਭਾਰਤ ਬਣਿਆ ਰਹਿਣ ਦਿਓ, ਪਰ ਜਿਹੜਾ ਤੁਸੀਂ ਆਪਣੀ ਇਸ ਮਾੜੀ ਸੋਚ ਨੂੰ ਅੱਗੇ ਲੈ ਕੇ ਆ ਰਹੇ ਹੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ, ਸਾਡੇ ਲੋਕਾਂ ਨੂੰ ਜੀਣ ਦਿਓ, ਨਹੀਂ ਤਾਂ ਸਾਡੇ ਲੋਕ ਅੱਜ ਵੀ ਸੜਕਾਂ ਦੇ ਉਤਰਨ ਲਈ ਵੀ ਤਿਆਰ ਹਨ, ਮਰਨ ਮਰਾਉਣ ਲਈ ਵੀ ਤਿਆਰ ਹਨ ਔਰ ਇਹ ਸੰਵਿਧਾਨ ਦੇ ਵਿੱਚ ਜਿਹੜੇ ਅਧਿਕਾਰ ਹੱਕ ਸਾਨੂੰ ਲੈ ਕੇ ਦਿੱਤੇ ਹੋਏ ਹਨ ਇਹ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹਨ। ਮੈਂ ਹਰ ਵਾਰੀ ਇਹ ਬੋਲਦਾ ਕਿਸੇ ਦੀ ਪਿਓ ਦੀ ਜ਼ਗੀਰ ਨਹੀਂ ਹਨ, ਇਹ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨਕ ਹੱਕ ਲੈ ਕੇ ਦਿੱਤੇ ਹਨ ਔਰ ਇਹ ਸਾਡੇ ਹੀ ਰਹਿਣਗੇ। ਔਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ, ਅਸੀਂ 85% ਲੋਕ ਹਾਂ ਜਿਨ੍ਹਾਂ ਨੂੰ ਸਿਰਫ 49% ਜਿਹੜਾ ਹੈਗਾ ਆਰਕਸ਼ਣ ਦਿੱਤਾ ਗਿਆ ਔਰ ਤੁਹਾਡੇ 15 ਲੋਕਾਂ ਨੂੰ ਜਿਹੜਾ ਹੈਗਾ 15% ਲੋਕਾਂ ਨੂੰ 50% ਆਰਕਸ਼ਣ ਦਿੱਤਾ ਗਿਆ ਹੋਇਆ ਹੈ, ਤੁਹਾਡਾ ਉਹਦੇ ਨਾਲ ਵੀ ਢਿੱਡ ਨਹੀਂ ਭਰਦਾ, ਕਿਉਂ ਸਾਡੇ ਦੇ ਤੁਸੀਂ ਜਿਹੜਾ ਹੈਗਾ ਜੁਰਮ ਕਰਦੇ ਹੋ, ਅਗਰ ਇਹ ਜੁਰਮ ਕੀਤਾ ਜਾਊਗਾ ਤੇ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਸੀਂ ਇਹਦੇ ਲਈ ਸੰਘਰਸ਼ ਕਰਨ ਲਈ ਸਾਰੇ ਤਿਆਰ ਹਾਂ ਔਰ ਸਾਰੇ ਜੋ ਸਾਡੇ ਕੋਲ ਹੋਏਗਾ ਅਸੀਂ ਕਰਾਂਗੇ। ਜੈ ਭੀਮ ਜੈ ਭਾਰਤ।